ਜਾਏ ਨਾ ਮੈਂ, ਨਾਲੇ ਤੈਨੂੰ ਮੇਰੇ ਤੇ ਭਰੋਸਾ ਨੀ, ਮੈਨੂੰ ਤੇਰੀ ਛਾਂ ਲੱਗੇ, ਮੈਂ ਤੇ ਜਮਾਂ ਨੀ ਲੜਦੀ। ਮੈਨੂੰ ਲੱਗਦਾ ਕਿ ਰੁਪਿੰਦਰ ਰੂਪੀ ਮੈਮ ਦੀ ਫਿਲਮ ਦਾ ਡਾਇਲੌਗ ਜਿਹੜਾ ਹੈ ਨਾ, ਅੱਜ ਪੱਕਾ ਜਿਹੜਾ ਕਹਿੰਦੇ ਨਾ ਕਿ ਯਾਦ ਕਰਕੇ ਆਈ ਹੈ, ਉਹ ਛੱਡ ਸਕ੍ਰਿਪਟ ਸ਼ੁਰੂ ਕਰਦੇ ਆ, ਪਰ ਆਪਣਾ ਜੀਤੋ ਕਿੱਥੇ ਹੈ? ਨਹੀਂ ਇੱਥੇ ਰੋੜਦੀ ਫਿਰਦੀ ਹੋਣੀ ਮਿਲਦਾ। ਆ ਜਾ ਜਾ ਜਲਦੀ 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 ਜਲਦੀ। ਜੀਤੋ ਤੂੰ ਆਈ ਹੈ ਨਵੀਂ, ਠੀਕ ਹੈ, ਅਤੇ ਤੈਨੂੰ ਨਾ ਸਾਰਿਆਂ ਬਾਰੇ ਅਜੇ ਕੁਛ ਪਤਾ ਨਹੀਂ ਹੈ, ਅਤੇ ਤੂੰ ਪੁੱਛਣਾ ਸਾਨੂੰ ਅਤੇ ਅਸੀਂ ਤੈਨੂੰ ਦੇਣੇ ਆ ਜਵਾਬ, ਅਤੇ ਤੈਨੂੰ ਜਿਹੜੇ ਜਿਹੜੇ ਬਾਰੇ ਕੋਈ ਵੀ ਮਨ 'ਚ ਕੁਐਸਚਨ ਆਉਂਦਾ ਤਾਂ ਤੂੰ ਪੁੱਛ ਸਕਦੀ ਹੈ, ਪਰ ਕੋਈ ਗੱਲ ਨਹੀਂ, ਅਜੇ ਮਮਤਾ ਕਪੂਰ ਮੈਡਮ ਮਾਈਕ ਲੈਣ ਗਏ ਆ, ਅਤੇ ਉਨੀ ਦੇਰ ਤੱਕ ਨਾ ਤੂੰ ਸਵਾਲ ਯਾਦ ਕਰ ਲਾ ਆਪਣੇ। ਕੀ ਗੱਲ ਆ, ਬੜੀਆਂ ਰੌਣਕਾਂ ਲੱਗੀਆਂ। ਨਹੀਂ ਯੂਨੀ ਬਾਣੀ ਦਾ ਫੰਕਸ਼ਨ ਹੈ, ਯੂਨੀ ਬਾਣੀ ਦਾ ਯੋਗਬਾਣੀ ਤਾਂ ਸੁਣਿਆ ਸੀ, ਯੂਨੀ ਬਾਣੀ ਕੀ ਹੈ? ਸੱਤੀਏ ਵੋਟਾਂ ਘੇਟੀਆਂ ਨਾ, ਆਹੋ ਮਿਲੀ ਜੁਲੀ ਸਰਕਾਰ ਆ ਰਹੀ ਹੈ, ਆਹੋ ਉਸੇ ਤਰ੍ਹਾਂ ਯੂਨੀਵਰਸਿਟੀ ਵਾਲੇ ਤੇ ਆਕਾਸ਼ਵਾਣੀ ਵਾਲੇ ਮਿਲ ਜੁਲ ਕੇ ਫੰਕਸ਼ਨ ਕਰ ਰਹੇ ਹੈ। ਅੱਛਾ ਹਾਂ ਗੱਲ ਆ। ਨਹੀਂ ਮੈਨੂੰ ਤਾਂ ਸਾਰੇ ਘਰ ਦੇ ਹੀ ਲੱਗਦੇ ਆ, ਕੋਈ ਗੈਸਟ ਤਾਂ ਦਿੰਦਾ ਨਹੀਂ। ਹਾਏ ਹਾਏ ਦੇਖ, ਮਨਿੰਦਰ ਸਰ, ਭੁਪਿੰਦਰ ਸਰ, ਜਿੰਦਲ ਸਰ, ਲਹਿਰੀ ਸਰ, ਹੋਰ ਸਾਰੇ ਗੈਸਟ ਹੀ ਹੈ। ਨਹੀਂ ਇਹ ਗੈਸਟ ਹਾਂ, ਨਹੀਂ ਇਹ ਤੇ ਰੇਡ ਗਏ ਤੇ ਪੀਆਰ ਆ, ਸਾਰੇ ਪੀਆਰ ਪੱਕੀ ਰਹਿੰਦੇ ਆ, ਇਹ ਆਤਮਾਵਾਂ ਹਰ ਵਾਰੀ ਦਿਸਦੀਆਂ ਪ੍ਰੋਗਰਾਮ 'ਚ। ਹੱਸਣਾ ਡਰ ਇਹਨਾਂ ਤੋਂ ਕਿਉਂ? ਆ ਰੇਡੀਓ ਦੇ ਪ੍ਰੋਗਰਾਮ ਅਟੈਂਡ ਕਰ ਕਰਕੇ ਜਿੰਨੀਆਂ ਕੁ ਬਰੀਕੀਆਂ ਇਹਨਾਂ ਨੂੰ ਪਤਾ ਲੱਗ ਗਈਆਂ ਨਾ, ਮੈਨੂੰ ਲੱਗਦਾ ਆ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਕੇ ਨਾ ਇਹਨਾਂ ਨੇ ਬੋਲਣਾ। ਐਫਐਮ ਬੈਂਡ 161 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ। ਕਰ ਲਓ ਕਿਉਂ ਰੁਪਿੰਦਰ। ਨਹੀਂ ਆ ਛੱਡੋ, ਸਕ੍ਰਿਪਟ ਕਿੱਥੇ ਹੈ? ਹਾਏ ਸੱਤੀਏ ਮੈਂ ਤਾਂ ਸਕ੍ਰਿਪਟ ਭੁੱਲ ਗਈ। ਨਹੀਂ ਤੈਨੂੰ ਸਕ੍ਰਿਪਟ ਕਿਹਾ ਸੀ ਗਾਣਾ ਨਹੀਂ? ਨਹੀਂ ਸੱਤੀਏ ਆਪਾਂ ਪੰਜਾਬ ਵਾਲੇ ਹਾਂ, ਗਾਣਾ ਤਾਂ ਬਣਾਉਂਦੇ ਆਪਾਂ ਇੰਜ। ਥੋੜ੍ਹੇ ਦਿਨ ਪਹਿਲਾਂ ਵੇਖਿਆ ਨਹੀਂ, ਥੱਪੜ ਪਹਿਲਾਂ ਵੱਜਿਆ, ਗਾਣਾ ਨਾਲ ਹੀ ਆ ਗਿਆ। ਸਮਝ ਨਹੀਂ ਆਈ ਕਿ ਵਾਇਰਲ ਪਹਿਲਾਂ ਥੱਪੜ ਹੋਇਆ ਕਿ ਪਹਿਲਾਂ ਗਾਣਾ ਹੋਇਆ? ਨਹੀਂ ਕਮਲੀਆਂ ਨਾ ਮਾਰ। ਨਹੀਂ ਕਮਲੀਆਂ ਮਾਰਨ ਦੇ ਪੈਸੇ ਮਿਲਦੇ ਆ? ਉਹ ਵੀ ਨਹੀਂ ਮਿਲਦੇ। ਤੂੰ ਚੁੱਪ ਕਰ ਜਾ ਇੱਥੇ, ਤੇ ਨਾ ਦੱਸ। ਪਰ ਹਾਂ ਇੱਕ ਗੱਲ ਹੈ, ਸਾਰਿਆਂ ਨੂੰ ਨਹੀਂ ਮਿਲੇ, ਮੈਨੂੰ ਤਾਂ ਮਿਲ ਗਏ ਨਾ। ਆਹੋ ਤੈਨੂੰ ਆਪਦੀ ਪਈ ਰਹਿੰਦੀ ਆ ਜਦੋਂ ਦੇਖੋ, ਤੂੰ ਕੁੜੀ ਆ ਕੇ ਗੱਲ। ਕਿਤਾਬ ਲਿਖੀ ਹੈ, ਇਹਨਾਂ ਦਾ ਵੈਸੇ ਜਿਹੜਾ ਨਾ ਲਿਖਣ ਦਾ ਕੰਮ ਹੈ। ਪਰ ਨਾ ਸੱਤੀਏ, ਚੋਣਾਂ ਦੇ ਦਿਨ ਚੱਲਦੇ ਪਏ ਸੀ, ਗਰੁੱਪ ਦੇ ਵਿੱਚ ਇਹਨਾਂ ਦਾ ਵਟਸਐਪ ਗਰੁੱਪ, ਇੱਕ ਇੱਕ ਮਿੰਟ ਬਾਅਦ ਹੁਣ ਆ ਸਰਕਾਰ ਅੱਗੇ ਜਾ ਰਹੀ ਹੈ, ਹੁਣ ਆ ਸਰਕਾਰ ਅੱਗੇ ਜਾ ਰਹੀ ਹੈ, ਹੁਣ ਆ ਸਰਕਾਰ ਅੱਗੇ ਜਾ ਰਹੀ ਹੈ। ਬੜਾ ਫਿਕਰ ਸੀ ਸਰਕਾਰਾਂ ਦਾ। ਨਹੀਂ ਵੈਸੇ ਇੱਕ ਗੱਲ ਦੱਸਾਂ, ਮੈਂ ਵਟਸਐਪ ਗਰੁੱਪ ਮੈਂ ਵੀ ਵੇਖਦੀ ਪਈ ਸੀ, ਮੇਰਾ ਦਿਲ ਕਰਦਾ ਸੀ ਇੱਕ ਮੈਸੇਜ ਗਰੁੱਪ 'ਚ ਹੀ ਪਾਵਾਂ, ਲਹਿਰੀ ਸਾਹਿਬ ਸਰਕਾਰ ਜਿਹੜੀ ਮਰਜ਼ੀ ਆ ਜਾਵੇ ਨਵੀਂ, ਘਰ ਤਾਂ ਉਸੇ ਦੀ ਚੱਲਣੀ ਜਿਹੜੀ ਪੁਰਾਣੀ ਸਰਕਾਰ ਬੈਠੀ ਹੈ। ਡਾਕਟਰ ਮਨਿੰਦਰ ਪਾਲ ਬਾਰੇ ਕੀ ਖਿਆਲ ਹੈ? ਹਾਏ ਬਹੁਤ ਭੋਲੇ ਆ। ਨਹੀਂ ਰਹਿਣ ਦੇ, ਕੀ ਹੋ ਗਿਆ? ਸਭ ਪਤਾ ਇਹਦਾ। ਆ ਇੱਕ ਦਿਨ ਕਸਟਮਰ ਕੇਅਰ ਵਾਲੀ ਨੂੰ ਫੋਨ ਲਾਈ ਬੈਠਾ, ਉਹ ਫਿਰ ਮੇਰਾ ਤਾਂ ਨਾ ਬਿੱਲ ਬਾਹਲਾ ਆਉਂਦਾ ਹੈਗਾ। ਅੱਗੋਂ ਕਹਿੰਦੀ ਸਰ ਆਪਕਾ ਪਲਾਨ ਕਿਆ ਹੈ? ਕਹਿੰਦਾ ਹੁਣੇ ਹੋਸਪਿਟਲ ਤੋਂ ਆਇਆ, ਚਾਹ ਪੀ ਕੇ ਵਿਹਲੀ ਆ, ਤੂੰ ਦੱਸ। ਕਰ ਲਓ ਕਿਉਂ ਭਾਂਡਾ। ਨਹੀਂ ਰਹਿਣ ਦੇ, ਗਾਂ ਕੁੱਟ ਚੁੱਕੜੀ ਹੈ, ਭੁੱਲ ਜਾਂਦੀ ਆ ਤੂੰ। ਨਹੀਂ ਆ ਡਾਕਟਰ ਸਤੀਸ਼ ਇੰਦਲ ਬੈਠੇ ਆ, ਸੁਣਿਆ ਸੈਰ ਬਹੁਤ ਕਰਦੇ ਆ। ਬਹੁਤ ਸੈਰ ਕਰਦੇ ਆ,
ਮੈਨੂੰ ਪੁੱਛ, ਮੈਂ ਤੇ ਮੇਰੇ ਹਸਬੈਂਡ ਅਸੀਂ ਇਹਨਾਂ ਨੂੰ ਦੇਖਦੇ ਹਾਂ ਇੱਧਰੋਂ, ਇੱਕ ਮਿੰਟ 'ਚ ਇਸ ਪਾਰਕ ਦੇ ਵਿੱਚ, ਇਸ ਨੁੱਕਰ, ਇੱਕ ਮਿੰਟ 'ਚ ਉਸ ਨੁੱਕਰ ਦੇ ਵਿੱਚ। ਮੇਰੇ ਹਸਬੈਂਡ ਬਹੁਤ ਹੋਏ ਪ੍ਰਭਾਵਿਤ, ਇਹਨਾਂ ਨੇ ਸਰ ਨੂੰ ਰੋਕ ਲਿਆ। ਰੋਕਣਾ ਵੀ ਬੜਾ ਮੁਸ਼ਕਲ ਸੀ, ਇਸ ਸਪੀਡ ਨਾਲ ਜਾਂਦੇ ਆ। ਕਹਿੰਦੇ ਕਿ ਡਾਕਟਰ ਸਾਹਿਬ ਮੋਟੀਵੇਸ਼ਨ ਵੇਖੀ ਅਤੇ ਤੁਹਾਡੀ ਦੇਖੀ, ਕੀ ਕਾਰਨ ਹੈ? ਕਹਿੰਦੇ ਆਸ਼ਾ ਹੋਵੇ ਨਾ ਸਭ ਕੁਝ ਮੁਮਕਿਨ ਹੈ, ਪਰ ਇੱਕ ਕਨਫਿਊਜ਼ਨ ਹੈ ਕਿ ਇਹ ਹਮੇਸ਼ਾ ਦੂਜੇ ਨੰਬਰ ਤੇ ਆਉਂਦੇ, ਪਹਿਲੇ ਨੰਬਰ ਤੇ ਕੌਣ ਆਉਂਦਾ? ਆਸ਼ਾ। ਤੁਹਾਨੂੰ ਪਤਾ ਕੱਲ ਤੁਹਾਨੂੰ ਪਤਾ ਕੱਲ ਭਵਿੰਦਰ ਪਾਲ ਸਰ ਗੋਟੀ ਦੀਆਂ ਮਿੰਨਤਾਂ ਕਰੀ ਜਾਂਦੇ ਸੀ? ਹੈ ਸੱਚੀ? ਨੀ ਮੈਨੂੰ ਪਤਾ ਕਿਉਂ ਕਰਦਾ ਜੀ। ਆਹਾ, ਆਪਣਾ ਰੋੜਾ ਤੇ ਆਪਣਾ ਭਵਿੰਦਰ, ਦੋਨੇ ਹੈਗੇ ਪੱਕੇ ਬੇਲੀ, ਠੀਕ ਹੈ ਸਾਰਿਆਂ। ਤੇ ਭਵਿੰਦਰ ਨੇ ਬੁਲਾ ਲਿਆ ਰੋੜੇ ਨੂੰ ਵੀ ਤੂੰ ਅੱਜ ਸ਼ਾਮ ਨੂੰ ਡਿਨਰ ਤੇ ਆ ਜੀ, ਹੈ ਤੇ ਨਾਲ ਫੜ ਫੜ ਚ ਕਹਿਤਾ। ਕਹਿੰਦਾ ਮੈਂ ਤਾਂ ਆਪਦੀ ਘਰੇ ਨੂੰ ਖਬਰ ਨਹੀਂ ਦਿੰਦਾ, ਤੂੰ ਐਵੇਂ ਟੁੱਟਾ ਫਿਰਦਾ ਰਹਿੰਦਾ ਗਾ। ਅੱਗੋਂ ਫਿਰ ਰੋੜੇ ਜਾ ਕੇ ਵਕਾਲਤ, ਕਹਿੰਦਾ ਸਾਬਤ ਕਰੋ, ਪ੍ਰੂਫ ਕਰੋ। ਕਹਿੰਦਾ ਸ਼ਾਹ ਵੱਲ ਕਹਿੰਦਾ ਚੰਗਾ ਫਿਰ ਆ ਜੀ, ਸ਼ਾਮ ਨੂੰ ਮਿਲਦੇ ਆਪਾਂ। ਕਹਿੰਦਾ ਚੰਗਾ ਆ ਜੂੰਗਾ ਭਾਈ, ਘਰੇ ਜਾ ਕੇ ਲੱਗ ਗਿਆ ਘਰੇ ਦੀ ਮਿੰਨਤਾਂ ਕਰਨ। ਭਾਗਵਾਨ ਨੇ ਬਚਾ ਲਈ, ਅੱਜ ਮੈਨੂੰ ਹੈ ਮੇਰੀ ਲਾਜ ਰੱਖਣੀ, ਰੋੜੇ ਨੇ ਆਉਣਾ ਗਾ ਤੇ ਜਿੰਨਾ ਚਿਰ ਰੋੜਾ ਬੈਠਾ ਰਹੇ ਨਾ ਉਹਨਾਂ ਚਿਰ ਬਸ ਤੂੰ ਆਈ ਜੀ ਜੀ ਕਰਦੀ ਫਿਰਨਾ ਗਾ ਅੱਗੇ ਪਿੱਛੇ, ਹੈ ਭਾਈ। ਕਹਿੰਦੀ ਮੈਂ ਨਾ ਮਾਨੂੰ। ਕਹਿੰਦਾ ਆ ਚੱਕ 5000 ਰੁਪਇਆ, ਸ਼ੋਪਿੰਗ ਕਰੇ ਤੇ ਬਸ ਮੇਰੀ ਲਾਜ ਰੱਖਣੀ ਭੈਣ ਵਾਂਗ, ਮੇਰਾ ਮਤਲਬ ਘਰ ਚ ਬਣ ਗਈ। ਤੇ ਉਹ ਫਿਰ ਬਸ ਨਹੀਂ ਨਿਬੜਨਾ ਕੀ ਸੀ, ਗੱਲ ਨਹੀਂ ਪੜੀ। 10000 ਰੁਪਇਆ ਪਲੱਸ GST। ਨਹੀਂ GST ਕੀ ਹੈ? ਘਰੇਲੂ ਸੇਵਾ ਟੈਕਸ। ਉਹ ਕਿਵੇਂ? ਬਸ ਕੁਛ ਨਹੀਂ, ਦੋ ਵਾਰੀ ਪੋਚੇ ਮਾਰਨੇ ਦਿਨ ਚ। ਦੋ ਵਾਰੀ ਕਿਵੇਂ? ਇੱਕ ਵਾਰੀ ਤਾਂ ਵਿਚਾਰਾ ਪਹਿਲਾਂ ਹੀ ਮਾਰਦਾ ਸੀ। ਕਰ ਲਓ ਕਿਉਂ ਨੂੰ ਪਾਂਡਾ ਪਿਛਲੇ ਸਾਲ ਹੀ ਹੱਥ ਲੱਗ ਗਏ ਸੀ, ਇੱਕ ਵਾਰੀ ਪੰਚ ਲਾਇਆ ਸੀ ਛੋਟੀ ਸਰ। ਕਹਿੰਦੇ ਮੈਡਮ ਵਿਵਧ ਭਾਰਤੀ ਨਹੀਂ ਚੱਲੂਗਾ, ਖਬਰਾਂ ਨਹੀਂ ਚੱਲਣਗੀਆਂ, ਅੱਜ ਤਾਂ ਤੁਸੀਂ ਬੋਲੋਗੇ ਤੇ ਬਿਨਾਂ ਤਿਆਰੀ ਤੋਂ ਬੋਲੋਗੇ। ਤੇ ਸੱਤੀਏ ਮੈਨੂੰ ਪਤਾ, 4 ਘੰਟੇ ਮੈਂ ਪੰਜਾਬੀ ਦੇ ਵਿੱਚ ਕਿਵੇਂ ਹਿੰਦੀ ਦੀ ਕੜੀ ਕੋਲੀ, ਉਹ ਮੈਨੂੰ ਪਤਾ। ਕੜੀ ਖਾ ਲਈ ਸੀ? ਮੈਨੂੰ ਨਹੀਂ ਪਤਾ, ਜਿਨ੍ਹਾਂ ਨੇ ਖਾਧੀ ਸੁਣੀ ਹੋਊਗੀ। ਨੀਤ ਤਾਂ ਸਾਰੀ ਪਏ ਬੈਠੇ ਕੜੀ ਤੇ। ਚੱਲ ਛੱਡ ਤੂੰ ਬਾਕੀ ਗੱਲਾਂ, ਆ ਤਿੰਨ ਬੰਦੇ ਨਾ ਭਾਲੀ ਰੱਬ ਦੇ ਭਗਤ ਹੈ। ਪੁੱਛ ਕਿਹੜੇ ਕਿਹੜੇ? ਕਿਹੜੇ ਕਿਹੜੇ? ਇੱਕ ਤਾਂ ਕੁਲਦੀਪ, ਠੀਕ ਹੈ, ਇੱਕ ਆਪਣਾ ਸੰਦੀਪ, ਠੀਕ ਹੈ, ਤੇ ਤੀਜੇ ਨੰਬਰ ਤੇ ਆਉਂਦਾ ਆਪਣਾ ਵਿਕਾਸ ਸ਼ਰਮਾ। ਉਹ ਕਿਵੇਂ? ਜਦੋਂ ਅਨਾਉਂਸਰ ਕੋਈ ਆ ਕੇ ਬਹਿੰਦੀ ਹੈ ਤੇ ਪਹਿਲੇ ਨੰਬਰ ਤੇ ਆਪਣੇ ਕੁਲਦੀਪ ਜੀ ਭਜਾ ਭਜਾ ਆਉਂਦੇ ਆ। ਮੈਡਮ ਜੀ ਥੋੜਾ ਜੀ ਕਰਦਾ ਤਾਂ ਬੋਲ ਪੋ, ਨਹੀਂ ਘਰ ਪਰਿਵਾਰ ਮੈਂ ਕਰ ਲੈਂਦਾ। ਦੂਜੇ ਨੰਬਰ ਤੇ ਆਪਣੇ ਸੰਦੀਪ ਜੀ ਆਉਂਦੇ ਆ। ਮੈਡਮ ਜੀ ਤੁਹਾਡਾ ਦਿਲ ਕਰਦਾ ਤਾਂ ਬੋਲ ਪੋ, ਨਹੀਂ ਆਪਾਂ ਆਕਾਸ਼ਵਾਣੀ ਵੀ ਕੰਨੇ ਚਲਾ ਦਿੰਦੇ ਹਾਂ। ਤੀਜੇ ਨੰਬਰ ਤੇ ਆਪਣੇ ਵਿਕਾਸ ਜੀ ਆਉਂਦੇ, ਸਤਿ ਸ਼੍ਰੀ ਅਕਾਲ ਮੈਡਮ, ਤੁਹਾਡਾ ਜੀ ਕਰਦਾ ਹੈ ਫਿਰ ਵੀ ਜੀ ਕਰ ਰਿਹਾ ਤੁਹਾਡਾ ਇੰਨੇ ਜਲਾਲਤ ਤੋਂ ਬਾਅਦ, ਤਾਂ ਤੁਸੀਂ ਬੋਲੋ, ਆਪਾਂ ਖਬਰਾਂ ਬੰਦ ਕਰ ਦਿੰਦੇ ਹਾਂ। ਨਾਲੇ ਮੈਡਮ ਤੁਸੀਂ ਬੋਲਦੇ ਨਾ ਬੜੇ ਸੋਹਣੇ ਲੱਗਦੇ। ਸੱਤੀਏ ਮੈਨੂੰ ਨਾ ਉਹ ਟ੍ਰੇਨਿੰਗ ਵਾਲੇ ਦਿਨ ਯਾਦ ਆ ਰਹੇ ਜਿਹੜੇ ਆਪਾਂ ਸ਼ੁਰੂ 'ਚ 6 ਦਿਨ ਲਾਏ ਸੀ। ਨਹੀਂ ਹਾਂ ਜੀ, ਜੇ ਤੂੰ ਸਵਾਲ ਪੁੱਛਿਆ ਸੀ, ਉਹ ਸਵਾਲ ਨਹੀਂ ਕੁਛ ਪੁੱਛਣਾ? ਨਹੀਂ ਨਾ, ਐ ਕਿਵੇਂ ਨਹੀਂ ਪੁੱਛਣਾ, ਮੈਂ ਦੱਸਦੀ ਹਾਂ ਕੀ ਸਵਾਲ ਪੁੱਛਿਆ। ਆ 6 ਦਿਨਾਂ ਦੀ ਟ੍ਰੇਨਿੰਗ ਪੂਰੀ ਹੋਈ ਤੇ 6 ਦਿਨਾਂ ਬਾਅਦ ਨਾ ਆ ਸਾਡੇ ਛੋਟੀ ਸਾਹਿਬ ਨੇ ਪੁੱਛਿਆ ਵੀ ਕੋਈ ਸਵਾਲ ਹੈ ਤਾਂ ਪੁੱਛ ਲਓ। ਕਹਿਣ ਨਾ ਐਂ ਹੱਥ ਖੜਾ ਕੀਤਾ, ਕਹਿੰਦੀ ਜੀ ਮੇਰਾ ਸਵਾਲ ਹੈ। ਛੋਟੀ ਸਾਹਿਬ ਬੜੇ ਇੰਪ੍ਰੈਸ, ਕਹਿੰਦੇ ਹਾਂ ਹਾਂ ਬੱਚੇ ਪੁੱਛੋ ਕੀ ਸਵਾਲ ਹੈ। ਖੜੀ ਹੋ ਕੇ ਕਹਿੰਦੀ ਸਰ ਮੈਂ ਸੂਟ 'ਚ ਮੋਟੀ ਤਾਂ ਨਹੀਂ ਲੱਗ ਰਹੀ ਨਾ? ਤੂੰ ਚੁੱਪ ਕਰ ਜਾ, ਮੈਂ ਟ੍ਰੇਨਿੰਗ ਤੇ ਗਈ ਹਾਂ, ਟ੍ਰੇਨਿੰਗ ਦੀ ਯਾਦ ਕਰ। ਹਾਂ ਸੱਚ, ਟ੍ਰੇਨਿੰਗ 'ਚ ਆਪਾਂ ਨੂੰ ਨਾ ਵੱਡੀਆਂ ਵੱਡੀਆਂ ਛਤਰੀਆਂ ਜਿਹੀਆਂ ਵਿਖਾਈਆਂ ਸੀਗੀਆਂ ਛੋਟੀ ਸਰ ਨੇ, ਤੇ ਹਾਂ ਇੱਕ ਉਹ ਆਪਾਂ ਨੂੰ ਆਪਾਤ
ਉਹ ਟੀਵੀ ਟਾਵਰ ਵਾਲੇ ਹਾਂ ਤੇ ਕਪਟਾ ਸਾਡੇ ਟੀਵੀ ਟਾਵਰ ਜਾਓ ਤਾਂ ਰੋਜ਼ ਹੀ ਵੇਖਦੇ ਆ ਆਪਾਂ ਹਾਂ ਖੱਬੇ ਉਹ ਵੀ ਦੱਸਿਆ ਸੀ ਖੇਤਾਂ ਦੇ ਵਿੱਚ ਇੰਨੇ ਇੰਚੀ ਉਹ ਲੱਗੀਆਂ ਇੰਨੇ ਮੈਗਾਹਰਟਸ ਆ ਜਨਰੇਟਰ ਹਾਂ ਹਾਂ ਨਹੀਂ ਉਹ ਆਪਣੇ ਕੰਮ ਬਦਵਾਊਗਾ ਤੂੰ ਮੈਥ ਪੜਿਆ ਗਲਤੀ ਨਾਲ ਉਹ ਜਿਸ ਦਿਨ ਸਾਈਨ ਥੀਟਾ ਕੋਸ ਥੀਟਾ ਟੈਨ ਥੀਟਾ ਕੰਮ ਆਊਗਾ ਨਾ ਉਸੇ ਦਿਨ ਉਹ ਜਿਹੜੀ ਨੌਲੇਜ ਕੰਮ ਆਊਗੀ ਫਟੇ ਮੋ ਤੇਰੇ ਗੱਲ ਬਾਤ ਦੀ ਨਹੀਂ ਗੱਲ ਸੁਣੋ ਆ ਵਿਜੇ ਲਕਸ਼ਮੀ ਨੂੰ ਹੈਲੋ ਡਾਕਟਰ ਕਿਉਂ ਨਹੀਂ ਦਿੰਦੇ ਨਹੀਂ ਉਹ ਤਾਂ ਕੀ ਪੁੱਛਦੀ ਆ ਮੈਂ ਦੱਸਦੀ ਆ ਆ ਵਿਜੇ ਲਕਸ਼ਮੀ ਨੂੰ ਜੇ ਹੈਲੋ ਡਾਕਟਰ ਦੇਤਾ ਤੇ ਉੱਥੇ ਮਰੀਜ਼ ਦਾ ਫੋਨ ਆ ਗਿਆ 20 ਸਾਲ ਹੋ ਗਏ ਮੰਜੇ ਤੇ ਪਿਆ ਕੀ ਦੱਸਾਂ ਮੈਂ ਹੱਡ ਬੀਤੀ ਲੱਡੂ ਜੀ ਬਹੁਤ ਹਸਾਈ ਦੀ ਤੁਸੀਂ ਸੈਂਡ ਕੀਤੀ ਥੈਂਕ ਯੂ ਨਹੀਂ ਰਹਿੰਦੇ ਰਹਿੰਦੇ ਉਹਦਾ ਮਜ਼ਾਕ ਬਣਾਉਣੀ ਹੈ ਤੈਨੂੰ ਆਪਦਾ ਪਤਾ ਜੇ ਤੈਨੂੰ ਕੋਈ ਹੈਲੋ ਡਾਕਟਰ ਦੇ ਦੇ ਤੇ ਤੂੰ ਕੀ ਕਰੇਂਗੀ ਨਾ ਕੀ ਮੈਂ ਦੱਸਦੀ ਹਾਂ ਇਹਨੂੰ ਆਊਗਾ ਫੋਨ ਇਹਨੇ ਸ਼ੁਰੂ ਹੋ ਜਾਣਾ ਡਾਕਟਰ ਸਾਹਿਬ ਤੁਸੀਂ ਨਾ ਇੱਦਾਂ ਕਰਨਾ ਹੈਗਾ ਇੱਕ ਹੁਣੇ ਹੁਣੇ ਇੱਕ ਆਵਾਜ਼ ਆਊਗੀ ਤੁਸੀਂ ਉਹ ਪਹਿਚਾਨਣੀ ਹੈ ਉਸ ਤੋਂ ਬਾਅਦ ਤੁਸੀਂ ਉਹ ਆਵਾਜ਼ ਪਹਿਚਾਣ ਕੇ ਨਾਲ ਦੀ ਨਾਲ ਇਹ ਵੀ ਦੱਸਣਾ ਕਿ ਇਸ ਪ੍ਰਾਣੀ ਨੂੰ ਕੀ ਬਿਮਾਰੀ ਹੈ ਤੇਰਾ ਨਾਲ ਬੱਚ ਪ੍ਰੇਰਨਾ ਦੇ ਸਰੋਤ ਵੜ ਜਾਂਦਾ ਆ ਕੇ ਤੂੰ ਚੁੱਪ ਕਰ ਜਾ ਤੈਨੂੰ ਪਤਾ ਮੈਨੂੰ ਪਤਾ ਕਿ ਰਾਜੀਵ ਸਰ ਤੈਨੂੰ ਹੈਲੋ ਡਾਕਟਰ ਕਿਉਂ ਨਹੀਂ ਦਿੰਦੇ ਇਹ ਹੋਇਆ ਕੀ ਨਾ ਡਾਕਟਰ ਸਾਹਿਬ ਆਏ ਤੇ ਡਾਕਟਰ ਸਾਹਿਬ ਦੇ ਪਹਿਲਾਂ ਹੀ ਸਵਾਲ ਆਇਆ ਪੇਸ਼ੈਂਟ ਦਾ ਅਬੀਬਾ ਜੀ ਮੈਂ ਲੱਡੂ ਬੋਲਦਾ ਮੇਰੇ ਨਾ ਦਿਲ ਦੇ ਵਿੱਚ ਦਰਦ ਰਹਿੰਦਾ ਕਹਿੰਦੀ ਨਾ ਬਾਬਾ ਜੀ ਜਿਹੜੀ ਉਮਰ 'ਚ ਗੋਡਿਆਂ 'ਚ ਦਰਦ ਰਹਿਣਾ ਚਾਹੀਦਾ ਉਸ ਉਮਰੇ ਦਿਲ ਦਾ ਦਰਦ ਲਈ ਬੈਠੇ ਹੋ ਤੁਸੀਂ ਚਾਹ ਨਹੀਂ ਲੱਥਾ ਤੁਹਾਡਾ ਰਹਿਣ ਦੇ ਹੁਣ ਬਾਹਲਾ ਨਹੀਂ ਕਰਦਾ ਹੁੰਦਾ ਤੂੰ ਤਾਂ ਮੇਰੀ ਪਿਆਰੀ ਸਹੇਲੀ ਹੈ ਹੈਂ ਛੱਡ ਨਹੀਂ ਨਹੀਂ ਮੈਂ ਸੁਣਿਆ ਜੁਲਾਈ ਦੇ ਵਿੱਚ ਵੱਡੇ ਸਾਹਿਬ ਜਾ ਰਹੇ ਨੇ ਇੰਝ ਨਹੀਂ ਕਹੀਦਾ ਕਿ ਸਾਹਿਬ ਜਾ ਰਹੇ ਨੇ ਨਹੀਂ ਹੋਰ ਕੀ ਆ ਰਹੇ ਐਵੇਂ ਵੀ ਨਹੀਂ ਕਹੀਦਾ ਕਿ ਆ ਰਹੇ ਨੇ ਕਹੀਦਾ ਕੀ ਹੈ ਸਾਹਿਬ ਆਪਣੀ ਜ਼ਿੰਦਗੀ ਜੀਣਗੇ ਮਤਲਬ ਐਸ਼ ਕਰਨਗੇ ਐਸ਼ ਨਹੀਂ ਮੈਨੂੰ ਤਾਂ ਲੱਗਦਾ ਕਿ ਹੁਣ ਤਾਂ ਇਹ ਐਸ਼ ਹੀ ਕਰਦੇ ਆ ਸੱਤੀਏ ਉਹ ਡਿਊਟੀ ਕਰਦੇ ਸੀ ਡਿਊਟੀ ਚੱਲ ਕੋਈ ਨਾ ਮੈਡਮ ਨੂੰ ਟਾਈਮ ਦੇ ਦਿੰਦੇ ਹਾਂ ਹਜੇ
ਨਹੀਂ ਤੇ ਬਰਨਾਲਾ ਵਾਲੇ ਸਰ ਬਾਰੇ ਵੀ ਇੱਕ ਸਵਾਲ ਹੈ, ਪਰਚੀਆਂ ਮੈਨੂੰ ਮੈਡਮ ਪਿੱਛੋਂ ਆਈਆਂ ਸੀਗੀਆਂ। ਸਰ ਤੁਹਾਡੇ ਬਾਰੇ ਹੈ ਕਿ ਜੇ ਕਿਸੇ ਪਾਰਟੀ 'ਤੇ ਕੋਈ ਮਹਿਲਾ ਮਿੱਤਰ ਮਿਲ ਜੇ, ਠੀਕ ਹੈ, ਅਤੇ ਕਿੰਨੇ ਕੁ ਪਰਸੈਂਟ ਉਹਨਾਂ ਨਾਲ ਫ੍ਰੀ ਹੋ ਕੇ ਆਪਾਂ ਗੱਲ ਕਰਨੀ ਹੈ ਕਿ ਘਰ ਜਾ ਕੇ ਆਪਾਂ ਨੂੰ ਰੋਟੀ ਵੀ ਮਿਲ ਜੇ? ਨਹੀਂ ਮੈਨੂੰ ਸਭ ਪਤਾ ਹੈਗਾ, ਰਹਿਣ ਦੇ, ਪਹਿਲਾਂ ਸਵਾਲ ਜੀ ਰਹਿਣ ਦੇ। ਮਤਲਬ ਉੱਥੇ ਗੱਲ ਨਾ ਕੀਤੀ ਜਾਵੇ, ਮਤਲਬ ਸਰ ਤੁਸੀਂ ਵੀ ਓਨਾ ਹੀ ਡਰਦੇ ਹੋ ਜਿੰਨਾ ਰਾਜੀਵ ਸਰ ਡਰਦੇ ਹੋ। ਡਰਨ ਦੀ ਗੱਲ ਨਹੀਂ ਹੁੰਦੀ ਜੀ, ਰਿਸਪੈਕਟ ਦੀ ਗੱਲ ਹੁੰਦੀ ਹੈ। ਓ ਵਾਹ ਸਰ, ਬਹੁਤ ਪੋਲਿਸ਼ ਕਰਕੇ ਆਨਸਰ ਦੇ ਰਹੇ ਨੇ। ਔਰ ਸੱਚੀ ਮੁੱਚੀ ਰੋਟੀ ਖਾਣੀ ਹੈ, ਮੰਨ ਗਏ ਸਰ? ਤੇ ਮੰਨ ਗਏ, ਸ਼ਾਮ ਦੀ ਰੋਟੀ ਖਾਣੀ ਹੈ, ਦੁਪਹਿਰ ਦੀ ਸ਼ਾਇਦ ਇੱਥੇ ਖਾ ਜਾਾਂਗੇ। ਹਾਂਜੀ ਹਾਂਜੀ ਨਹੀਂ, ਬਾਕੀ ਤੂੰ ਰਹਿਣ ਦੇ, ਮੈਂ ਤੈਨੂੰ ਦੱਸਾਂ ਮੈਨੂੰ ਸਭ ਪਤਾ ਹੈਗਾ ਇਹ ਸਵਾਲ ਕਿੱਥੋਂ ਆਏ ਆ। ਨਹੀਂ ਹਰ ਜਗ੍ਹਾ ਤੇ ਜ਼ਰੂਰੀ ਨਹੀਂ ਕਿ ਤੂੰ ਅਰੋੜਾ ਸਰ ਦਾ ਨਾਮ ਲੈਣਾ, ਜੇ ਸਵਾਲ ਆ ਗਏ ਤਾਂ ਜ਼ਰੂਰੀ ਹੈ ਨਾਮ ਲੈਣਾ। ਪਰ ਹੁਣ ਆਪਾਂ ਨਾ ਰੁਪਿੰਦਰ ਮੈਮ ਨੂੰ ਬੁਲਾ ਲਈਏ ਆਪਾਂ ਚਟਕਾਰੇ 'ਚ ਚੌਥੀ ਐਂਟਰੀ। ਮੈਮ ਇੱਕ ਵਾਰੀ ਸਟੇਜ 'ਤੇ ਆ ਜਾ।